ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਡੇਲੀ ਬਹੁਤ ਤਰ੍ਹਾਂ ਦੇ ਅਲੱਗ ਅਲੱਗ ਬੰਦਿਆਂ ਨੂੰ ਮਿਲੀਦਾ। ਕੁਛ ਬਹੁਤ ਜ਼ਿਆਦਾ ਬੋਲਦੇ ਨੇ ਪਰ ਕੰਮ ਨਹੀਂ ਕਰਦੇ, ਕੁਛ ਕੰਮ ਬਹੁਤ ਜ਼ਿਆਦਾ ਕਰਦੇ ਨੇ ਤੇ ਬੋਲਦੇ ਬਿਲਕੁਲ ਨਹੀਂ। ਸੋ ਇਦਾਂ ਦੇ ਇੱਕ ਆਰਟਿਸਟ ਹੈ ਜੋ ਆਮ ਜ਼ਿੰਦਗੀ 'ਚ ਬਹੁਤ ਸ਼ਾਂਤ ਰਹਿੰਦੇ ਨੇ ਪਰ ਜਦੋਂ ਰੈਪ ਕਰਦੇ ਨੇ ਤਾਂ ਇਦਾਂ ਦੀਆਂ ਗੱਲਾਂ ਕਹਿ ਜਾਂਦੇ ਨੇ ਕਿ ਜਿਹੜਾ ਬੰਦਾ ਬੋਲ ਕੇ ਵੀ ਨਹੀਂ ਕਹਿ ਸਕਦਾ। ਆ ਜਾਓ ਮਿਲੋ। Right now we have very talented artist with us, Mr. Ekka. ਕਿਦਾਂ ਜੀ? Very good ਭਾਈ, ਆਪ ਕਿਵੇਂ? I am good ਭਾਈ, ਤੁਸੀਂ ਦੱਸੋ ਠੀਕ ਠਾਕ? Very good, very good. ਭਾਈ looking good? ਬਸ ਭਾਈ ਉਹ ਦੇਖ ਦੇਖ ਕੇ ਹਮ ਵੀ ਬਸ ਭਾਰੀ ਲੱਗ ਰਹੇ ਆ, ਗੁੱਡ ਲੱਗਣੇ ਦੇ ਚੱਕਰ ਮੇਂ। ਕੁਰਤਾ ਪਜਾਮਾ ਪਾਇਆ ਉਹ ਵੀ ਇੱਕਾ ਭਾਈ ਨੇ ਦੇ। ਸਵੈਗ ਹੈ ਭਾਰੀ, ਦੇਸੀ ਦੇਸ਼ੋਂ ਦਾ ਸਵੈਗ ਹੀ ਭਾਰੀ, ਆਪਣਾ ਸਵੈਗ ਬਸ। ਇਹ ਤਾਂ ਸਵੈਗ, ਇਹ ਵਾਲਾ ਸਵੈਗ ਤਾਂ ਹਰ ਪਿੰਡ 'ਚ ਹਰ ਮੁੰਡਾ ਪਾਉਂਦਾ। ਮੈਂ ਤਾਂ ਕਿ ਭਾਰੀ ਅਬ ਇਹ ਬੱਚਾ ਬੱਚਾ ਪਹਿਨੇ, ਹਮ ਜ਼ਿਆਦਾ ਬਾਹਰ ਕੋ ਫੋਲੋ ਕਰਤੇ ਹੈ ਕਿ ਦਿਸ ਬੈਗੀ ਜੀਨ ਜਰਸੀ ਦਿਸ ਦੈਟ ਔਰ ਆਪਣੇ ਰੂਟਸ ਭੁੱਲਤੇ ਜਾ ਰਹੇ ਹੈ। ਤਾਂ ਮੈਂ ਕਿਹਾ ਵਾਈ ਨਾਟ ਯਾਰ, ਇਹ ਹਮਾਰਾ ਆਪ ਸਵੈਗ ਹੈ, ਇਹੀ ਬਣਾਏਂਗੇ, ਇਸਕੋ ਫੈਲਾਏਂਗੇ ਭਾਈ। ਆਉਣ ਵਾਲੀਆਂ ਵੀਡੀਓਜ਼ 'ਚ ਤੁਸੀਂ ਸਿਰਫ ਇਹੀ ਪਾਉਂਗੇ? ਦੇਖਤੇ ਹੈ ਮੇਬੀ ਯੈਸ। ਅੱਛਾ ਤਾਂ ਬਦਲ ਵੀ ਜ਼ਿਆਦਾ ਪ੍ਰੋਬਲਮ ਗ੍ਰੀਨ ਹੈ, ਤੁਸੀਂ ਬਾਲਾਂ ਨੂੰ ਕਲਰ ਵੀ ਕਰਾਇਆ ਹੋਣਾ। ਭਾਜੀ ਹੋਲੀ ਸੇ ਪਹਿਲੇ ਮੈਨੇ ਹੋਲੀ ਖੇਲ ਲਈ। ਅੱਛਾ ਤਾਂ ਮੈਨੇ ਕਹਾ ਬਾਲੋ ਮੇ ਰਹਿ ਗਈ ਹੋਲੀ ਸਿਰਫ। ਦੈਟਸ ਸੋ ਗੁੱਡ। ਤਾਂ ਪਜਾਮਾ ਮਿਲਦਾ ਉਸੇ ਤੋਂ ਤੁਸੀਂ ਇਨਸਪਾਇਰ ਹੋ ਗਏ ਨਾ ਕੁਰਤਾ ਮੇ ਪਾਪਾ ਜੀ ਭਾਈ। ਪਰ ਉਹ ਭਾਈ ਉਹਦੀ ਵੋਕਲ ਬਹੁਤ ਘੈਂਟ ਆ ਵੀਰੇ ਦੀ। ਭਾਜੀ ਮੈਂ ਉਸਕਾ ਫੈਨ ਹੂੰ ਉਸਕੇ ਵੋਕਲ ਕਾ ਔਰ ਹੀ ਇਜ਼ ਅ ਵੈਰੀ ਪੋਜ਼ਿਟਿਵ ਗਾਇ, ਮਤਲਬ ਜਹਾਂ ਜਾਤਾ ਹੈ ਪੋਜ਼ਿਟਿਵ ਕਰ ਦਿੰਦਾ ਹਰ ਚੀਜ਼ ਕੋ। ਤੋ ਉਸਕੇ ਸਾਥ ਕਾਮ ਕਰਨਾ ਉਸਕਾ ਆਰਟਿਸਟ ਬਾਅਦ ਮੇ ਹਮ ਭਾਈ ਪਹਿਲੇ ਭਾਰੀ ਹੈ। ਪਹਿਲਾ ਗਾਣਾ ਮੈਨੂੰ ਲਗਾ ਕਿ ਇਹ ਨਿਕਾਲਣਾ ਚਾਹੀਏ ਕੁਰਤਾ ਪਜਾਮਾ, ਕਿਉਂਕਿ ਇਹ ਯੂਥ ਕੀ ਅਪੀਲ ਹੈ। ਤੋ ਉਹਦੇ ਵਿੱਚ ਜਿਹੜਾ ਰੈਪ ਕੀਤਾ ਉਸ ਨਾਲ ਵੀ ਦੋ ਲੈਣਾ। ਓਕੇ, ਕੁੜਤਾ ਪਜਾਮਾ ਮੇਰਾ ਕੈਮ ਬੋਏ, ਗੋਰਿਆਂ ਦਾ ਸਵੈਗ ਹੁੰਦਾ ਸਵੈਗ ਤੇਰਾ ਵੈਮ ਬੋਏ, ਆ ਗੋਰੇ ਕਾਲਿਆਂ ਦੀ ਰੀਸ ਕਰੂ ਇੱਕਾ ਇੰਨਾ ਵੇਲਾ ਉਹਦੇ ਕੋਲ ਹੈ ਨੀ ਟਾਈਮ ਬੋਏ, ਸਾਰਾ ਜਗ ਸਾਡੇ ਉੱਤੇ ਰੱਖਦਾ ਨਜ਼ਰ, ਜੱਟਾਂ ਦੇ ਮੁੰਡੇ ਅਖਬਾਰਾਂ ਦੀ ਖਬਰ, ਜੇ ਕੋਈ ਸ਼ੱਕ ਜਾ ਕੇ ਚੈੱਕ ਜੈਜ਼ੀ ਬੀ ਦਾ ਸਟਾਈਲ ਪ੍ਰੋਫਾਈਲ, ਵੱਡੀ ਕੋਟੀ ਪੀਲੇ ਰੰਗ ਦੀ ਹਮਰ। ਥੈਂਕ ਯੂ ਬ੍ਰੋ। ਜੇ ਇੱਕ ਨੂੰ ਇੱਕ ਵਾਰ ਡਿਸਕ੍ਰਾਈਬ ਕਰਨਾ ਹੋਵੇ ਕਿੱਦਾਂ ਕਰੋਗੇ? ਭਾਜੀ ਇੱਕ ਕਾ ਬਸ ਇੱਕ ਹੈ ਔਰ ਇੱਕ ਹੀ ਰਹਿਤਾ, ਮਤਲਬ ਯੂ ਕੈਨ ਬੀਟ ਦ ਕਿੰਗ ਬਟ ਯੂ ਕੈਨ ਨਾਟ ਬੀਟ ਅਨੀਸ਼। ਕਿਆ ਬਾਤ, ਰੈਪ ਨੂੰ ਡਿਸਕ੍ਰਾਈਬ ਕਰਨਾ ਹੋਵੇ ਇੱਕ ਵਾਰ ਚ? ਭਾਜੀ ਰੈਪ ਲਾਈਫ ਫੋਰ ਮੀ। ਜੋ ਤੁਸੀਂ ਰੈਪ ਕਰਦੇ ਹੋ ਜੋ ਬਾਕੀ ਰੈਪਰਸ ਰੈਪ ਕਰਦੇ ਨੇ ਕੀ ਡਿਫਰੈਂਸ ਉਹਦੇ ਚ? ਭਾਜੀ ਆਈ ਡੋਨਟ ਨੋ ਬਟ ਮੈਂ ਓਰੀਜਨਲ ਹਾਂ ਔਰ ਬਾਕੀ ਵੀ ਓਰੀਜਨਲ ਹੈ, ਤਾਂ ਮੈਂ ਐਸਾ ਕੁਝ ਕਹਿ ਨਹੀਂ ਸਕਦਾ। ਕਮੈਂਟ ਆਨਸਰ ਕੌਣ ਸਾ ਦਾ, ਪਹਿਲੇ ਵਾਲਾ ਜਾਂ ਦੂਸਰੇ ਵਾਲਾ? ਪਹਿਲੇ ਵਾਲਾ। ਆਲਰਾਈਟ, ਤੁਸੀਂ ਇਮੋਸ਼ਨਲ ਹੁੰਦੇ ਹੋ? ਭਾਜੀ ਯੈਸ, ਹਰ ਆਰਟਿਸਟ ਹੁੰਦਾ ਹੈ ਇਮੋਸ਼ਨਲ। ਜਦ ਆਪ ਇਮੋਸ਼ਨਲ ਹੁੰਦੇ ਜਾਂ ਜਦੋਂ ਤੁਸੀਂ ਬਹੁਤ ਲੋ ਫੀਲ ਕਰਦੇ ਹੋ, ਕਿੱਥੇ ਜਾਂਦੇ ਹੋ ਜਾਂ ਕੀ ਕਰਦੇ ਹੋ ਜਾਂ ਕਿਹੜੇ ਇਨਸਾਨ ਨੂੰ ਫੋਨ ਕਰਦੇ? ਭਾਜੀ ਮੈਂ ਸਿਰਫ ਆਪਣੇ ਸਟੂਡੀਓ ਚ ਲਗਾਤਾ ਹੂੰ, ਵਾ ਬੀਟਸ ਲਗਾਤਾ ਹੂੰ ਔਰ ਆਪਣਾ ਸਾਰਾ ਗੁੱਸਾ ਵਾ ਨਿਕਾਲਤਾ ਹੂੰ, ਜੋ ਵੀ ਬੜਾ ਸੁਤੀਆ ਮਨ ਵੀ ਮੈਂ ਇੱਕ ਕਾਪੀ ਔਰ ਪੈਨ ਲੈ ਕੇ ਨਿਕਾਲਤਾ ਹੂੰ। ਓਕੇ, ਤੇ ਜਦੋਂ ਫੁੱਲੀ ਗੁੱਡ ਮੂਡ ਚ ਹੁੰਦੇ ਫਿਰ? ਤਬੀ ਮੈਂ ਸਟੂਡੀਓ ਆਤਾ ਹੂੰ ਔਰ ਸਾਰੇ ਮਾ ਹੈਪੀਨੈਸ ਵਾ ਨਿਕਾਲਤਾ ਹੂੰ। ਅਜੇ ਜੋ ਸੈਡ ਹੁੰਦਾ ਤੇ ਸਟੂਡੀਓ ਜਦੋਂ ਵਧੀਆ ਆਉਂਦੇ ਉਦੋਂ ਸਟੂਡੀਓ ਜਦੋਂ ਸੈਂਟਰ ਚ ਹੁੰਦੇ ਫਿਰ? ਸੈਂਟਰ ਮੈਂ ਸਟੂਡੀਓ ਚ ਬੈਠਾ ਹੁੰਦਾ ਹੂੰ, ਸੈਂਟਰ ਚ ਵੀ ਸਟੂਡੀਓ ਚ ਬੈਠੇ ਹੁੰਦੇ ਨੇ। ਭਾਈ ਮੈਨੇ ਘਰ ਪੇ ਸਟੂਡੀਓ ਬਣਾ ਰੱਖਾ ਹੈ, ਕਹੀਂ ਜਾਣੇ ਕੀ ਜ਼ਰੂਰਤ ਨਹੀਂ ਪੜਦੀ ਮੁਝੇ। ਅਬ ਮੈਂ ਉੱਠਤਾ ਹੂੰ, ਕੱਚੇ ਬਨਾਨ ਮੈਂ ਸਟੂਡੀਓ ਘੁਸ ਜਾਤਾ ਹੂੰ, ਬਸ ਵਹੀਂ ਸੇ ਮੈਂ ਆ ਦਿਨ ਚਾਲੂ ਹੁੰਦਾ ਹੂੰ, ਵਹੀਂ ਰਾਤ ਖਤਮ ਹੋ ਜਾਂਦੀ ਹੈ। ਦੈਟਸ ਸੋ ਗੁੱਡ। ਪੰਜਾਬੀ ਗਾਣੇ ਬਹੁਤ ਘੱਟ ਕਰਦੇ ਤੁਸੀਂ? ਭਾਈ ਲਿਖਦਾ ਹੂੰ ਮੈਂ, ਕਿਉਂ ਪੰਜਾਬੀ ਮੈਂ ਫਲੂਐਂਟਲੀ ਬੋਲਦਾ ਨਹੀਂ, ਕਿਉਂਕਿ ਮੈਂ ਦਿੱਲੀ ਐਸੇ ਸ਼ਹਿਰ ਮੈਂ ਪੈਦਾ ਹੂੰ ਔਰ ਵਹਾਂ ਪੇ ਹਿੰਦੀ ਆਪਕੋ ਪਤਾ ਬਖੂਬੀ ਚਲਤੀ ਹੈ, ਤੋ ਮੇਰੇ ਜ਼ਬਾਨ ਪੇ ਬੈਠੀ ਨਹੀਂ ਹੈ ਵੈਸੇ ਕਿ ਮੈਂ ਫਲੂਐਂਟਲੀ ਬੋਲ ਪਾਊਂ, ਪਰ ਮੈਂ ਲਿਖਦਾ ਹੂੰ ਜੋ ਵਰਡ ਅਗਰ ਮੇਰੇ ਕੋ ਨਹੀਂ ਆਤਾ ਮੈਂ ਪੁੱਛ ਲੈਂਦਾ ਹੂੰ ਪੰਜਾਬੀ ਕਿਸੇ ਭਾਈ ਸੇ ਯਾਰ ਦੋਸਤ ਸੇ ਕਿ ਵਾਹ ਇਸਕਾ ਮਤਲਬ ਕਿਆ ਹੈ, ਅੱਛਾ ਸਰਨਾਵਾ ਇਸਕਾ ਮਤਲਬ ਕਿਆ ਹੁੰਦਾ ਹੈ, ਅੱਛਾ ਫਿਰ ਉਸੇ ਲਿਖ ਲਿਆ ਐਸੀ ਭਾਰੀ। ਪਰ ਇਹ ਵਾਲੀ ਗੱਲ ਸੁਣ ਕੇ ਇਦਾਂ ਲੱਗਦਾ ਹੋਣਾ ਕਿ ਹਾਂ ਵੀਰਾ ਆਪਣੀ ਗੱਲ ਕਰ ਰਿਹਾ, ਪਰ ਤੁਸੀਂ ਜਿਹੜੇ ਪੰਜਾਬੀ ਗਾਣੇ ਲਿਖੇ ਨੇ ਉਹ ਬਹੁਤ ਘੈਂਟ ਲਿਖੇ ਨੇ ਯਾਰ। ਉਹ ਭਾਜੀ ਇਨਸਪਾਇਰਡ ਹੂੰ ਮੈਂ, ਮਤਲਬ ਕਈ ਆਰਟਿਸਟ ਜੈ ਦਿਲਜੀਤ ਭਾਜੀ ਹਾਂ, ਜੇ ਐਸ ਐਲ ਭਾਜੀ, ਉਹਨੇ ਕਾਫੀ ਸਪੋਰਟ ਕਰਾ, ਕਾਫੀ ਬਤਾਇਆ ਕਿ ਮੈਲੋਡੀਜ਼ ਕਿਆ ਹੁੰਦੀ ਹੈ, ਕੈਸੇ ਲਿਖਣਾ ਹੈ, ਕੈਸੇ ਪੰਜਾਬੀ ਮੈਂ ਅੱਛੀ ਬਾਤ ਕਹੀ ਜਾਂਦੀ ਹੈ, ਕੈਸੇ ਕੌਣ ਸੀ ਚੀਜ਼ ਨਹੀਂ ਕਹਿਣੀ, ਤੋ ਇਹ ਸਭ ਮੇਰੇ ਕੋ ਬੜੇ ਜੈਸੇ ਭਾਈ ਮੇਰੇ ਕੋ ਮਿਲਤੇ ਗਏ, ਉਨਸੇ ਸਿੱਖਤਾ ਗਿਆ ਮੈਂ ਭਾਜੀ। ਆਲਰਾਈਟ, ਸੋ ਭਾਜੀ ਮੈਂ ਤੁਹਾਨੂੰ ਕੁਐਸਚਨ ਪੁੱਛੂੰਗਾ, ਜੇ ਤੁਸੀਂ ਉਹਦਾ ਜਵਾਬ ਦੇਤਾ, ਜੇ ਨਹੀਂ ਤੁਹਾਨੂੰ ਜਵਾਬ ਦੇਣਾ ਪੈਣਾ ਤੇ ਉਹਦਾ ਆਨਸਰ ਦੇਣਾ ਪੈਣਾ ਕਿ ਕਿਉਂ। ਆਲਰਾਈਟ, ਮੈਂ ਤੁਹਾਨੂੰ ਫੇਕ ਗਿਫਟ ਵੀ ਦਊਂਗਾ। ਠੀਕ ਹੈ, ਗਿਫਟ ਇੱਕ ਜਸਟ ਗਿਫਟ ਦਾ ਦੇਣਾ ਦੇਣਾ ਤੁਹਾਨੂੰ। ਠੀਕ ਹੈ, ਪਰ ਜਿਵੇਂ ਤੁਹਾਨੂੰ ਪਤਾ ਕਿ ਪੰਜਾਬੀਆਂ ਨੂੰ ਹਰ ਗੱਲ ਜਾਣਨ ਦਾ ਇੰਟਰਸਟ ਹੁੰਦਾ, ਵੈਸੇ ਤਾਂ ਸਾਰਾ ਕੁਝ ਅਸੀਂ ਤੁਹਾਡੇ ਬਾਰੇ ਜਾਣਦੇ ਹਾਂ, ਕਿਉਂਕਿ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਨੇ, ਮੈਂ ਵੀ ਤੁਹਾਨੂੰ ਆਈ ਐਮ ਯੂਅਰ ਫੈਨ, ਤੇ ਤਾਂ ਹੋਰ ਵੀ ਬਹੁਤ ਸਾਰੇ ਲੋਕ ਆ ਜੋ ਤੁਹਾਨੂੰ ਬਹੁਤ ਪਸੰਦ ਕਰਦੇ, ਸਾਰਿਆਂ ਨੂੰ ਪਤਾ ਹੀ ਹੁੰਦਾ ਨਾ ਇੱਕਾ ਭਾਜੀ ਕਿਵੇਂ ਆ। ਕੁਐਸਚਨ ਹੈ, ਇੱਕ ਤੁਸੀਂ ਕਾਰ 'ਚ ਜਾ ਰਹੇ ਹੋ, ਜੰਗਲ ਦੇ ਵਿੱਚ ਇੱਕ ਕਾਰ 'ਚ ਜਾ ਰਹੇ ਹੋ, ਹਾਂਜੀ, ਤੇ ਤੁਸੀਂ ਇੱਕ ਬੰਦੇ ਨੂੰ ਨਾਲ ਬਿਠਾ ਸਕਦੇ ਹੋ। ਓਕੇ, ਰਸਤੇ ਤਿੰਨ ਬੰਦੇ ਖੜੇ ਮਿਲੇ, ਹਾਂ, ਜਿਹਦੇ 'ਚ ਰਫਤਾਰ, ਹਨੀ ਸਿੰਘ ਤੇ ਬਾਦਸ਼ਾਹ ਭਾਜੀ ਨੇ, ਤੇ ਤੁਸੀਂ ਤਿੰਨਾਂ 'ਚ ਇੱਕ ਨੂੰ ਚੂਜ਼ ਕਰਕੇ ਨਾਲ ਬਿਠਾ ਕੇ ਲੈ ਕੇ ਜਾ ਸਕਦੇ ਹੋ, ਤੇ ਕਿਹਨੂੰ ਚੂਜ਼ ਕਰੋਗੇ ਤੇ ਕਿਉਂ? ਹਨੀ ਸਿੰਘ। ਕਿਉਂ? ਕਿਉਂਕਿ ਭਾਜੀ ਹੀ ਟੌਟ ਮੀ ਅਲੋਟ, ਉਹਨਾਂ ਨੇ ਬਹੁਤ ਸਿਖਾਇਆ, ਇਸ ਮਾਈ ਟੀਚਰ। ਓਕੇ, ਉਹਨਾਂ ਨੇ ਮੇਰੇ ਕੋ ਇੱਕਾ ਬਣਾਇਆ, ਅਜੇ ਤੋਂ ਕਈ ਹਮ ਅੰਡਰਗਰਾਉਂਡ ਮੇਂ ਖੋ ਜਾਤੇ ਭਾਈ, ਹਾਂ, ਕਭੀ ਯਹਾਂ ਤੱਕ ਪਹੁੰਚ ਨਹੀਂ ਪਾਤੇ, ਉਹਨਾਂ ਨੇ ਬਤਾਇਆ ਕਿ ਕਿਆ ਕਮਰਸ਼ਲ ਹੈ ਔਰ ਕਿਆ ਅੰਡਰਗਰਾਉਂਡ ਹੈ।
ये है पाजी आपका गिफ्ट, आप दूर से देख लो, जो तुसी जाओगे ना उदो पाजी जो तुसी जाना उदो थोनू खोल के दिखावांगे, पर फिलहाल थोड़ा गिफ्ट मेरे को पहुंच गया। ऑलराइट पाजी, ठीक है पाजी, ठीक है। आ देखो ये पाजी दा गिफ्ट है, पाजी ने सवाल दा जवाब दिता सी, गिफ्ट मेरे को पहुंच गया। ऑलराइट, अच्छा बहुत सारे पाजी रैप आए, बहुत सारे फैंस नु थोड़े अलग अलग रैप सारे नु पसंद है, पर थोनू पर्सनली केड़ा पसंद है अपना? पाजी है मेरे पाजी लिखा हुआ बहुत, काफी है वैसे तो लिखा है एक। ऑलराइट, जैसे मैं हूँ कोमा में, I'm feeling paralyzed, घर से ज्यादा रहता हूँ मैं on social sites, लोग कहते हैं that I'm reaching heights, और मैं अकेला smoking Marlboro lights, life is good, लगता है लालच का कुआं मेरा भरता है, writer block में हूँ फंसा inspiration की आवश्यकता है, feeling overload बड़ी भारी सोच, I'm smoking blunt, तुम खाली रोच, नाकामी मैंने कुचल दी जैसे पैरों के नीचे कॉकरोच, मैं डिक्टे वो एडवांस हूँ, लड़कियों से पूछो मैं रोमांस हूँ, मैं लेजेंडरी माइकल जैक्सन का मून वॉक डांस हूँ, स्कूल में कंपार्टमेंट वो जिंदगी में पास हूँ, पास करी नहीं मैंने क्लास से पर आज मैं खुद एक क्लास हूँ मैं आज। क्या हुआ? क्या हुआ? दिस सो गुड, थैंक यू ब्रो, भाई अमेजिंग, बहुत ही यार तुम बहुत ही लिखते हो, बहुत ही रैप करते हो, इससे कोई डाउट नहीं, मैं केस बिल्कुल सही किया कि मैं थोड़ा फैन, थैंक यू भाई, पर अमेजिंग। अच्छा तुम जदा ये अपना रैप तो थोड़ा वधी है, कोई इधर रैपर है जो तुम इंस्पायर हो? ये पारी दे आर सो मेनी, मतलब कि आज अब पारी काफी अच्छे लड़के आ रहे हैं मार्केट में, डिवाइन और नेजी, मुंबई से दो लड़के आए हैं, मेरे को बहुत अच्छे लगते हैं इनका कमर्शियल काम, आई कैन फील द पेन जब वो गाते हैं, जब वो बात करते हैं, क्यों कहीं मैं अपने आप को देखता हूँ ऐसा। और रफ्तार भाई है, बादशाह भाई है, दे आर वेरी सीरियस, सिकंदर खालो, फतेह, ट्रैक स्टार, दे आर वेरी सीरियस पारी यार, उनकी लिखाई, उनकी बातें, उनका एटीट्यूड बहुत अच्छा पारी। मोस्टली भाजी जिन्हें भी रैपर होंगे जिनकी लिखाई होंगी, जो तुम क्या कि उन्होंने पेन तुम फील कर रहे हैं ना, कि ये पेन इमोशनली अटैच करने लिए भी हुंदी? यस पारी यार, मतलब म्यूजिक इज ऑल अबाउट इमोशंस, मतलब जो अगर इसमें इमोशन नहीं है तो म्यूजिक नहीं है पारी, जहाँ तक मैं समझता हूँ इमोशन का होना बहुत जरूरी है। okay. और हर आर्टिस्ट में है, मेरे ख्याल से आप में भी कहीं इमोशनल, आप भी इमोशनल हो गए कहीं ना कहीं। नहीं मतलब क्वेश्चन इज कि जो तुसी अपनी पेन दसते हो उसके पीछे मोटिव होता है कि जे मैं ये पेन दसूंगा, जो तुसी बहुत होर भी रैप बहुत घंट घंट रैप लिख सकते हैं, जो आप एक इदा का रैप लिखी जो आप अपने आप की स्टोरी दसी थी कि मैं बहुत मुश्किलों चो निकल के आया कि मेरे नाल होर लोकी जुड़नगे कि ओदे पिछे मकसद हुंदा। यस पारी यार, अपने आप कनेक्ट करते हैं और कई होते हैं पारी, मैं अकेला नहीं दर्द में रहता, बहुत सारे हैं पारी यार, तो वो अपने आप कहीं ना कहीं कनेक्ट करते हैं, जब सच्ची बात सुनते हैं तो वो फील करते हैं कि हाँ यार ये रियल है यार, ये तो मेरे साथ भी होता है। और पारी मैं बातें भी वही लिखता हूँ जो लोग करते हैं, जो लोग कहते हैं मैं वही ऑब्जर्व करता हूँ, लोगों के बीच में से बातें उठा के उनके उनके लिए गाने बनाता हूँ। एक बैड क्वालिटी थोड़ी पारी, मेरी बैड क्वालिटी है कि मैं रेस्ट नहीं करता, बीमार हो गया था, आज आज भी पाजी ठीक नहीं है, बट स्टिल यू सिटिंग विद मी, इट्स अमेजिंग, थैंक यू सो मच, पर रेस्ट तो जरूरी है पारी, पारी वही है, यही उम्र है, अभी कमा खा लो, पर जब बीमार हो गए जी फिर बाद में तो वही है, अब थोड़ा सीरियस लेना चालू कर रहा हूं मैं अपने आप को। हां अब थोड़ा रेस्ट पे ही हूं मैं, थोड़ा सा काम से थोड़ा परे। ऑलराइट, अपकमिंग की क्या कह रहे हो? परी देयर आर सो मेनी बॉलीवुड प्रोजेक्ट्स और काफी फीचरिंग्स एंड नॉन बॉलीवुड, साथ में मेरे अपने दो तीन सिंगल है जूस पारी के साथ, जैस्मिन के साथ, प्रोफेसी के साथ, देयर आर सो मेनी, और बड़ी कोलैबोरेशंस हैं बॉलीवुड की, रिवील करूंगा जल्दी। ऑलराइट, सरप्राइज है सारा कुछ है ना। हु इज योर फेवरेट सिंगर परी इन बॉलीवुड की इन बॉलीवुड? बोथ, बॉलीवुड भी बॉलीवुड, एक इन बॉलीवुड परी मेरा दिलजीत परी। ओके, इन बॉलीवुड? बॉलीवुड मेरा परी यार अरिजीत। आज तो 3 साल बाद अपने को आपने कितने देखना पसंद करोगे पाजी? मैं जहाँ पे अभी हूँ वैसा ही बहुत ठीक हूँ, मैं बस ये चाहता हूँ कि मैं काम करता रहूँ और लोग तक वो पहुँचे, मैं कहीं नहीं जाना था पारी यार, मैं कहीं नहीं पहुँचना, मैं बस ये चाहता हूँ कि मैं अपना म्यूजिक काफी ऊपर ले जाऊँ, मैं यही रहूँ। यू रिस्पेक्ट रैप? या पारी यार, लव रैप, रैप इज माई लाइफ। कोई इधर का बंदा जो नुकसान कर रहे? नो पारी यार, नॉट येट। कोई इधर का बंदा जो बहुत फायदा कर रहे हैं इस चीज का, कि जो इस चीज में लेके आ रहे हैं? यार सो मेनी पारी, लाइक वन डिवाइन। Divine is amazing, बहुत grand कर रहा है। और अच्छा पाजी, पंजाब दे विच तुसी आए हो ना, सारे ने गोदरेज नंबर 1 9X स्टेशन दे नाल मिलके ना पंजाब दी ब्यूटी नंबर 1 लभ रहा। ऑलराइट, तो तुसी कोल बैठे, मैं थोनू भी पूछ लूं थोड़े हिसाब नाल पंजाब दी ब्यूटी नंबर 1 की है? पाजी ब्यूटी यहां की सादगी, ओके, और यहां का कल्चर, बस ये ब्यूटी है पाजी। अच्छा जेड़ा भी बंदे जिन्ने भी सेलिब्रिटी साडे शो च आए ने ना, उनां दा ए वाला आंसर हुंदा ही हुंदा, इत्थे दा कल्चर, इत्थे दी सादगी पाजी, क्योंकि अभी तक स्टिल यहां पे है वो, पर हुण हां नहीं हैगा ते है, बाकी जगह ना कहीं रुल सा गया है। नहीं इत्थे तां बिल्कुल है, पर जिद्दां हुण तुसी दिल्ली रहंदे हो जी, हणा हुण थोनू पंजाब दा बहुत घट पता होगा या पता होगा, पर इसे इन्हां गल्लां दा ही पता होगा, पर विच रह के नहीं ना तुसी देखा। यस, पर दे सो गुड कि थोनू पता है, दैट आप पंजाब ली चंगी गल है, साडे ली चंगी गल है कि इस ना लव पंजाब वाली यार, लव पंजाब। इवन मेरे पिताजी तो हिमाचल से हैं, करी हुई है, मेरी मम्मी जम्मू से हैं। ओके, तो काफी पंजाब वाला हुआ है कि हमारे में ना पंजाबी डोगरी बोली जाती है, तो काफी सिमिलर है वो पंजाबी से।
तो आला पंजाब वाली पंजाब की बोली से मेरे को बड़ा प्यार है, फोनेटिकली बहुत सुंदर है। दैट्स गुड। अच्छा 9XTouch एक ऐसा चैनल जेड़ा नए सिंगर्स नु प्लेटफार्म बहुत प्रमोट करदा ना, तुसी क्यों चूज कीता अपने गाने लिए 9XTouch नु? एक तो नंबर 1 चैनल है पारी, द क्वालिटी, साउंड क्वालिटी, और पारी यार मेरा फेवरेट चैनल है। थैंक यू सो मच।